ਡਾਕਟਰ ਨਰਿੰਦਰ ਸਿੰਘ ਕੰਪਾਨੀ ਉਹ ਮਹਾਨ ਪੰਜਾਬੀ ਵਿਗਿਆਨਿਕ ਸਨ ਜਿਨ੍ਹਾਂ ਦੀ ਕੱਢੀ ਹੋਈ ਕਾਰ ਦੇ ਲਈ ਕਿਸੇ ਨੂੰ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੀ ਨੋਬਲ ਪੁਰਸਕਾਰ ਦੇ ਦਿੱਤਾ ਗਿਆ ਤੇ ਉਹ ਦੇਖਦੇ ਹੀ ਰਹਿ ਗਏ। ਡਾਕਟਰ ਨਰਿੰਦਰ ਸਿੰਘ ਕੰਪਾਨੀ ਨੇ ਫਾਈਬਰ ਆਪਟੀਕਲ ਦੀ ਕਾਰ ਕੱਢ ਕੇ ਸਾਡੇ ਲਈ ਇੰਟਰਨੈਟ ਅਤੇ ਟੈਲੀਫੋਨ ਵਰਗੀਆਂ ਸਹੂਲਤਾਂ ਦੀ ਨੀਂਹ ਰੱਖੀ ਸੀ, ਪਰ ਫਿਰ ਵੀ ਜੇਕਰ ਅੱਜ ਅਸੀਂ ਇੰਟਰਨੈਟ ਦੇ ਉੱਪਰ ਸਰਚ ਕਰਦੇ ਹਾਂ ਹੂ ਇਜ਼ ਦਾ ਫਾਦਰ ਆਫ ਫਾਈਬਰ ਆਪਟੀਕਲ, ਤਾਂ ਡਾਕਟਰ ਕੰਪਾਨੀ ਦੀ ਜਗ੍ਹਾ ਤੇ ਡਾਕਟਰ ਚਾਓ ਦਾ ਨਾਮ ਆਉਂਦਾ ਹੈ, ਜਾਣੀ ਕਿ ਇੱਕ ਅਜਿਹੇ ਇਨਸਾਨ ਦਾ ਨਾਮ ਜਿਹੜਾ ਕਿ ਫਾਈਬਰ ਆਪਟੀਕਲ ਦੀ ਰੇਸ ਦੇ ਵਿੱਚ ਉਤਰਿਆ ਹੀ ਕਾਫੀ ਲੇਟ ਸੀ। ਇਸ ਦੇ ਬਿਲਕੁਲ ਉਲਟ ਡਾਕਟਰ ਕਪਾਨੀ ਨੇ ਫਾਈਬਰ ਆਪਟੀਕਲ ਦੀ ਸ਼ੁਰੂਆਤ ਆਪਣੇ ਸਕੂਲ ਦੇ ਸਮੇਂ ਤੋਂ ਹੀ ਕਰ ਦਿੱਤੀ ਸੀ। ਡਾਕਟਰ ਕਪਾਨੀ ਜਦੋਂ ਛੋਟੇ ਸਨ ਤਾਂ ਇੱਕ ਦਿਨ ਉਹਨਾਂ ਨੂੰ ਸਕੂਲ ਦੇ ਵਿੱਚ ਉਹਨਾਂ ਦੇ ਸਾਇੰਸ ਦੇ ਟੀਚਰ ਨੇ ਪੜਾਇਆ ਕਿ ਲਾਈਟ ਹਮੇਸ਼ਾ ਸਿੱਧੀ ਚੱਲਦੀ ਹੈ, ਤਾਂ ਇਹ ਸੁਣ ਕੇ ਡਾਕਟਰ ਕਪਾਨੀ ਨੇ ਆਪਣੇ ਟੀਚਰ ਨੂੰ ਸਵਾਲ ਪੁੱਛਿਆ ਕਿ ਅਜਿਹਾ ਕਿਉਂ ਹੁੰਦਾ ਹੈ, ਤਾਂ ਉਹ ਟੀਚਰ ਨੇ ਆਕੜ ਦੇ ਵਿੱਚ ਛੋਟੇ ਜਿਹੇ ਬੱਚੇ ਨਰਿੰਦਰ ਨੂੰ ਦੂਜੇ ਬੱਚਿਆਂ ਦੇ ਸਾਹਮਣੇ ਜਲੀਲ ਕਰਦੇ ਹੋਏ ਕਿਹਾ ਕਿ ਜਦੋਂ ਤੂੰ ਵੱਡਾ ਹੋ ਜਾਏਗਾ ਤੂੰ ਲਾਈਟ ਨੂੰ ਮੋੜ ਲਈ, ਜਾਣੀ ਕਿ ਤੂੰ ਲਾਈਟ ਨੂੰ ਬੈਂਡ ਕਰ ਲਈ ਤੇ ਹੁਣ ਤੂੰ ਆਪਣੀ ਸੀਟ ਦੇ ਉੱਪਰ ਜਾ ਕੇ ਬੈਠ ਜਾ। ਪਰ ਉਸ ਦਿਨ ਹੀ ਡਾਕਟਰ ਕਪਾਨੀ ਨੇ ਆਪਣੇ ਮਨ ਦੇ ਵਿੱਚ ਇਹ ਧਾਰ ਲਿਆ ਸੀ ਕਿ ਜਿਹੜੇ ਟੀਚਰ ਨੇ ਮੈਨੂੰ ਇੰਨੇ ਬੱਚਿਆਂ ਦੇ ਸਾਹਮਣੇ ਜਲੀਲ ਕੀਤਾ ਹੈ, ਹੁਣ ਮੈਂ ਇੱਕ ਦਿਨ ਜ਼ਰੂਰ ਵੱਡਾ ਹੋ ਕੇ ਲਾਈਟ ਨੂੰ ਬੈਂਡ ਕਰਕੇ ਜਾਣੀ ਕਿ ਲਾਈਟ ਨੂੰ ਮੋੜ ਕੇ ਦਿਖਾਉਂਗਾ। ਆਪਣੇ ਇਹ ਚੈਲੰਜ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਪਹਿਲਾਂ ਆਗਰਾ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਤੇ ਫਿਰ ਉਹਨਾਂ ਨੇ IOFS ਦੇ ਵਿੱਚ ਕੁਝ ਸਾਲ ਜੌਬ ਕੀਤੀ। ਇਹ ਇੰਡੀਆ ਦੀ ਆਜ਼ਾਦੀ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਹੈ। IOFS ਦੇ ਵਿੱਚ ਉਹਨਾਂ ਦਾ ਜੌਬ ਕਰਨ ਦਾ ਇੱਕੋ ਇੱਕ ਮਕਸਦ ਸੀ ਕਿ ਜਦੋਂ ਇੰਡੀਆ ਆਜ਼ਾਦ ਹੋ ਗਿਆ ਤਾਂ ਇੰਡੀਆ ਨੂੰ ਆਪਣੀ ਫੌਜ ਬਹੁਤ ਜ਼ਿਆਦਾ ਮਜ਼ਬੂਤ ਕਰਨੀ ਪਵੇਗੀ, ਪਰ ਆਰਮੀ ਮਜ਼ਬੂਤ ਕਿਸ ਤਰ੍ਹਾਂ ਹੋਵੇਗੀ ਜਦੋਂ ਆਪਸ ਦੇ ਵਿੱਚ ਜਲਦੀ ਦੇ ਨਾਲ ਕਮਿਊਨੀਕੇਟ ਹੀ ਨਹੀਂ ਕਰ ਪਾਵੇਗੀ। ਜਾਣੀ ਕਿ ਮਜ਼ਬੂਤ ਆਰਮੀ ਦੇ ਲਈ ਉਹਨਾਂ ਦਾ ਆਪਸ ਦੇ ਵਿੱਚ ਇੱਕ ਦੂਜਿਆਂ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਡਾਕਟਰ ਕਪਾਨੀ ਨੇ ਸੋਚਿਆ ਕਿ ਮੈਂ ਇੱਕ ਅਜਿਹੀ ਫਾਈਬਰ ਆਪਟੀਕਲ ਕੇਬਲ ਬਣਾਵਾਂਗਾ ਜਿਹੜੀ ਕਿ ਇੰਡੀਅਨ ਆਰਮੀ ਦੇ ਆਪਸ ਵਿੱਚ ਕਮਿਊਨੀਕੇਟ ਕਰਨ ਦੇ ਕੰਮ ਵੀ ਆਵੇਗੀ, ਤੇ ਜਿਹੜਾ ਕੁਝ ਮੈਂ ਕਰਨਾ ਚਾਹੁੰਦਾ ਹਾਂ ਜਾਣੀ ਕਿ ਲਾਈਟ ਨੂੰ ਮੋੜਨ ਦੇ ਲਈ ਉਹ ਉਸ ਦੇ ਵਿੱਚ ਵੀ ਕੰਮ ਆਵੇਗੀ। ਉਸ ਸਮੇਂ ਇੰਗਲੈਂਡ ਹੀ ਇਕੱਲਾ ਅਜਿਹਾ ਦੇਸ਼ ਸੀ ਜਿੱਥੋਂ ਦੀ ਕਮਿਊਨੀਕੇਸ਼ਨ ਟੈਕਨੋਲੋਜੀ ਬਹੁਤ ਜ਼ਿਆਦਾ ਐਡਵਾਂਸ ਸੀ, ਕਿਉਂਕਿ 19ਵੀਂ ਸਦੀ ਦੇ ਵਿੱਚ ਇੰਗਲੈਂਡ ਨੇ ਕਮਿਊਨੀਕੇਸ਼ਨ ਦੇ ਲਈ ਟੈਲੀਗ੍ਰਾਫ ਬਣਾ ਲਿਆ ਸੀ ਤੇ ਇਸ ਦੇ ਕੁਝ ਸਾਲਾਂ ਬਾਅਦ ਉਹਨਾਂ ਨੇ ਟੈਲੀਫੋਨ ਦੀ ਕਾਢ ਵੀ ਕੱਢ ਲਈ ਸੀ। ਪਰ ਵਰਲਡ ਵਾਰ ਦੇ ਜ਼ਮਾਨੇ ਦੇ ਵਿੱਚ ਹਰ ਇੱਕ ਦੇਸ਼ ਦੂਜੇ ਦੇਸ਼ ਦੀ ਕਮਿਊਨੀਕੇਸ਼ਨ ਟੈਕਨੋਲੋਜੀ ਨੂੰ ਹੈਕ ਕਰ ਰਿਹਾ ਸੀ, ਇਸ ਲਈ ਵਰਲਡ ਵਾਰ 2 ਦੇ ਦੌਰਾਨ ਜਰਮਨੀ ਨੇ ਇੱਕ ਅਜਿਹੀ ਮਸ਼ੀਨ ਤਿਆਰ ਕਰ ਲਈ ਜਿਸ ਨੂੰ ਕੋਈ ਵੀ ਹੈਕ ਨਹੀਂ ਕਰ ਸਕਦਾ ਸੀ। ਇਸ ਦਾ ਨਾਮ ਸੀ ਦੀ ਐਨਿਗਮਾ। ਦੀ ਐਨਿਗਮਾ ਦੇ ਵਿੱਚ ਜਿਹੜਾ ਮੈਸੇਜ ਭੇਜਿਆ ਜਾਂਦਾ ਸੀ ਉਸ ਮੈਸੇਜ ਨੂੰ ਡੀਕੋਡ ਕਰਨ ਦੇ ਲਈ ਜੇਕਰ ਇੰਡੀਆ ਦੀ ਸਾਰੀ ਆਬਾਦੀ ਇਕੱਠੀ ਬਹਿ ਕੇ ਵੀ ਉਹ ਮੈਸੇਜ ਨੂੰ ਡੀਕੋਡ ਕਰਨ ਲੱਗ ਜਾਵੇ ਤਾਂ ਵੀ ਉਹ ਮੈਸੇਜ ਨੂੰ ਡੀਕੋਡ ਕਰਨ ਦੇ ਵਿੱਚ 1000 ਸਾਲ ਲੱਗ ਜਾਣਗੇ। ਇਹ ਮਸ਼ੀਨ ਇੰਨੀ ਜ਼ਿਆਦਾ ਤਾਕਤਵਰ ਸੀ, ਜੇਕਰ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਜਿਹੜੇ ਦੇਸ਼ ਦੇ ਕੋਲ ਇਹ ਮਸ਼ੀਨ ਸੀ ਲੜਾਈ ਉਸ ਦੀ ਮੁੱਠੀ ਦੇ ਵਿੱਚ ਸੀ। ਪਰ ਇੱਕ ਮਸ਼ੀਨ ਇਸ ਤੋਂ ਬਾਅਦ ਅਜਿਹੀ ਹੋਰ ਆ ਗਈ ਜਿਸ ਨੇ ਦੀ ਐਨਿਗਮਾ ਦਾ ਤੋੜ ਵੀ ਕੱਢ ਲਿਆ। ਉਸ ਮਸ਼ੀਨ ਦਾ ਨਾਮ ਸੀ ਦੀ ਬੋਮਬੇ। ਬੋਮਬੇ ਇਸ ਦੁਨੀਆ ਦਾ ਪਹਿਲਾ ਅਜਿਹਾ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਿਊਟਰ ਸੀ ਜਿਸ ਨੂੰ ਦੀ ਐਨਿਗਮਾ ਨੂੰ ਟੱਕਰ ਦੇਣ ਦੇ ਲਈ ਇੰਗਲੈਂਡ ਦੇ ਵਿਗਿਆਨੀਆਂ ਨੇ ਬਣਾਇਆ ਸੀ। ਇਹ ਕੰਪਿਊਟਰ ਇੰਨਾ ਜ਼ਿਆਦਾ ਪਾਵਰਫੁਲ ਸੀ ਕਿ ਦੀ ਐਨਿਗਮਾ ਦੇ ਮੈਸੇਜ ਨੂੰ ਇਹ ਸਿਰਫ 20 ਮਿੰਟ ਦੇ ਵਿੱਚ ਹੀ ਡੀਕੋਡ ਕਰ ਦਿੰਦਾ ਸੀ। ਇਹੀ ਕਾਰਨ ਸੀ ਕਿ ਡਾਕਟਰ ਕਪਾਨੀ ਨੇ ਆਪਣੀ ਖੋਜ ਕਰਨ ਦੇ ਲਈ ਇੰਗਲੈਂਡ ਨੂੰ ਚੁਣਿਆ, ਕਿਉਂਕਿ ਸਾਰੇ ਨੈਕਸਟ ਲੈਵਲ ਦੀਆਂ ਕਾਢਾਂ ਇੰਗਲੈਂਡ ਦੇ ਵਿੱਚ ਹੀ ਉਸ ਸਮੇਂ ਨਿਕਲ ਰਹੀਆਂ ਸਨ। ਇਸ ਲਈ ਇੰਡੀਆ ਦੇ ਆਜ਼ਾਦ ਹੁੰਦੇ ਹੀ ਡਾਕਟਰ ਕਪਾਨੀ ਇੰਗਲੈਂਡ ਚਲੇ ਗਏ ਜਿੱਥੇ ਉਹਨਾਂ ਨੇ ਇੰਪੀਰੀਅਲ ਕਾਲਜ ਆਫ ਲੰਡਨ ਦੇ ਵਿੱਚ ਐਡਮਿਸ਼ਨ ਲੈ ਲਈ। ਇੱਥੇ ਉਹਨਾਂ ਦੇ ਨਾਲ 2 ਚੀਜ਼ਾਂ ਹੋਈਆਂ, ਇੱਕ ਤਾਂ ਉਹਨਾਂ ਨੂੰ ਮੌਕਾ ਮਿਲਿਆ ਫਾਈਬਰ ਆਪਟਿਕ ਦੇ ਉੱਪਰ ਕੰਮ ਕਰਨ ਦਾ, ਤੇ ਦੂਜਾ ਇੱਥੇ ਹੀ ਉਹਨਾਂ ਦੇ ਸਕੇ ਦੋਸਤ ਨੇ ਉਹਨਾਂ ਨੂੰ ਧੋਖਾ ਦੇ ਦਿੱਤਾ। ਦਰਅਸਲ ਇੰਗਲੈਂਡ ਦੇ ਵਿੱਚ ਹੀ ਡਾਕਟਰ ਕਪਾਨੀ ਦੀ ਮੁਲਾਕਾਤ ਬ੍ਰਿਟਿਸ਼ ਵਿਗਿਆਨੀ ਹੌਪਕਿੰਸ ਦੇ ਨਾਲ ਹੋਈ ਸੀ, ਜਿਹੜੇ ਉਹਨੇ ਦਿਨੀ ਆਪਣੀ ਥਿਊਰੀ ਆਫ ਇਨਵੈਂਸ਼ਨ ਦੇ ਲਈ ਮਸ਼ਹੂਰ ਸਨ। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨਵੈਂਸ਼ਨ ਕੀ ਹੁੰਦੀ ਆ, ਉਹ ਬਸ ਹੁਣ ਇੰਨਾ ਸਮਝ ਲੈਣ ਕਿ ਇਨਵੈਂਸ਼ਨ ਮਤਲਬ ਲੈਂਜ ਤੇ ਸ਼ੀਸ਼ੇ ਦੀ ਮਦਦ ਦੇ ਨਾਲ ਬਣੀ ਇਮੇਜ ਸਾਫ਼ ਨਹੀਂ ਬਲਕਿ ਧੁੰਦਲੀ ਦਿਖਾਈ ਦਿੰਦੀ ਹੈ। ਇੱਥੋਂ ਡਾਕਟਰ ਕਪਾਨੀ ਨੂੰ ਇੱਕ ਆਈਡੀਆ ਆਇਆ, ਉਹਨਾਂ ਨੇ ਹੌਪਕਿੰਸ ਦੀ ਥਿਊਰੀ ਆਫ ਐਂਬਰਸਾਂ ਨੂੰ ਇੰਡੋਸਕੋਪ ਦੇ ਨਾਲ ਮਿਲਾ ਕੇ ਫਾਈਬਰ ਆਪਟੀਕਲ ਕੇਬਲ ਬਣਾ ਦਿੱਤੇ। ਡਾਕਟਰ ਕਪਾਨੀ ਨੇ ਇੱਕ ਕੇਬਲ ਦੀ ਬਜਾਏ ਢੇਰ ਸਾਰੇ ਪਾਲਾਂ ਜਿੰਨੇ ਪਤਲੇ ਆਪਟੀਕਲ ਫਾਈਬਰ ਕੇਬਲ ਬਣਾਏ। ਉਹਨਾਂ ਨੇ ਕੇਬਲਾਂ ਦਾ ਬਹੁਤ ਵੱਡਾ ਇੱਕ ਬੰਡਲ ਬਣਾਇਆ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਹਾਈ ਕੁਆਲਿਟੀ ਦੀਆਂ ਫੋਟੋਆਂ ਮਿਲਣ ਲੱਗੀਆਂ। ਇੱਥੋਂ ਹੀ ਡਾਕਟਰ ਕਪਾਨੀ ਅਤੇ ਹੌਪਕਿੰਸ ਦੇ ਵਿੱਚ ਹੋੜ ਲੱਗ ਗਈ ਫਾਈਬਰ ਆਪਟੀਕਲ ਕੇਬਲ ਦਾ ਕ੍ਰੈਡਿਟ ਲੈਣ ਦੇ ਲਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੋਨਾਂ ਤੋਂ ਬਿਨਾਂ ਇਹ ਚੀਜ਼ ਦਾ ਕ੍ਰੈਡਿਟ ਕੋਈ ਤੀਜਾ ਹੀ ਲੈ ਗਿਆ। ਅਸਲ ਦੇ ਵਿੱਚ 1952 ਦੇ ਵਿੱਚ ਡਾਕਟਰ ਕਪਾਨੀ ਅਤੇ ਹੌਪਕਿੰਸ ਦੋਨਾਂ ਨੇ ਇਹ ਮਿਲ ਕੇ ਖੋਜ ਕੀਤੀ ਸੀ, ਪਰ ਜਦੋਂ ਉਹਨਾਂ ਨੂੰ ਪ੍ਰਸਿੱਧੀ ਮਿਲਣ ਲੱਗੀ ਤਾਂ ਡਾਕਟਰ ਹੌਪਕਿੰਸ ਨੂੰ ਲੱਗਿਆ ਕਿ ਇਹ ਸਾਰੀ ਕਾਢ ਦੇ ਵਿੱਚ ਸਾਰਾ ਯੋਗਦਾਨ ਹੀ ਮੇਰਾ ਹੈ, ਡਾਕਟਰ ਕਪਾਨੀ ਦਾ ਇਸ ਦੇ ਵਿੱਚ ਬਹੁਤ ਘੱਟ ਯੋਗਦਾਨ ਹੈ ਕਿਉਂਕਿ ਸਾਰੀ ਥਿਊਰੀ ਹੀ ਮੇਰੀ ਸੀ। ਤੇ ਉੱਥੇ ਡਾਕਟਰ ਕਪਾਨੀ ਦਾ ਕਹਿਣਾ ਸੀ ਕਿ ਡਾਕਟਰ ਹੌਪਕਿੰਸ ਦੀ ਥਿਊਰੀ ਕਿਸੇ ਦੇ ਪੱਲੇ ਹੀ ਨਹੀਂ ਪੈਣੀ ਸੀ ਜੇਕਰ ਮੈਂ ਉਸ ਨੂੰ ਪ੍ਰੈਕਟੀਕਲੀ ਨਾ ਕਰਦਾ। ਇਹੀ ਝਗੜੇ ਦੇ ਵਿੱਚ ਇਹਨਾਂ ਦੋਨਾਂ ਨੇ ਆਪਣੇ ਰਾਹ ਅਲੱਗ-ਅਲੱਗ ਕਰ ਲਏ ਤਾਂ ਇਸ ਦੇ ਵਿਚਕਾਰ ਹੀ ਤੀਜਾ ਬੰਦਾ ਚਾਰਲਸ ਕੁਇਨਕਾਓ ਇਹ ਖੋਜ ਦੇ ਲਈ ਨੋਬਲ ਪੁਰਸਕਾਰ ਲੈ ਗਿਆ। ਹੋਇਆ ਇਸ ਤਰ੍ਹਾਂ ਕਿ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ 1955 ਦੇ ਵਿੱਚ ਡਾਕਟਰ ਕਪਾਨੀ USA ਦੀ ਰੋਚਰਡ ਯੂਨੀਵਰਸਿਟੀ ਦੇ ਵਿੱਚ ਜਾ ਕੇ ਪ੍ਰੋਫੈਸਰ ਲੱਗ ਗਏ। ਉੱਥੇ ਉਹਨਾਂ ਨੇ ਆਪਟਿਕ ਫਾਈਬਰ
ਕੇਬਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਲੱਖਾਂ ਕਿਲੋਮੀਟਰ ਦੂਰ ਡਾਟਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਪਹੁੰਚ ਜਾਵੇਗਾ। ਯਾਨੀ ਕਿ ਇੱਕ ਅਜਿਹੀ ਟੈਕਨੋਲੋਜੀ ਜਿਹੜੀ ਲਾਈਟ ਦੀ ਸਪੀਡ ਦੇ ਨਾਲ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟ੍ਰਾਂਸਫਰ ਕਰ ਸਕਦੀ ਹੈ, ਉਹ ਹੁਣ ਤਿਆਰ ਹੈ ਮੇਰੇ ਕਾਰਨ। ਜੇਕਰ ਦੇਖਿਆ ਜਾਵੇ ਤਾਂ ਚਾਰਲਸ ਕਾਓ ਦਾ ਪੂਰੇ ਦਾ ਪੂਰਾ ਕੰਮ ਡਾਕਟਰ ਕਪਾਨੀ ਦੇ ਕੰਮ ਦੇ ਉੱਪਰ ਹੀ ਆਧਾਰਿਤ ਸੀ, ਪਰ ਫਿਰ ਵੀ ਰਾਇਲ ਅਕੈਡਮੀ ਆਫ ਸਾਇੰਸ ਨੇ ਨੋਬਲ ਪੁਰਸਕਾਰ ਡਾਕਟਰ ਕਾਓ ਨੂੰ ਹੀ ਦੇ ਦਿੱਤਾ। ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਅੱਜ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਇਨਸਾਨ ਵੀ ਇੰਟਰਨੈਟ ਚਲਾਉਂਦਾ ਹੈ, ਪਰ ਡਾਕਟਰ ਕਪਾਨੀ ਨੂੰ ਕੋਈ ਨਹੀਂ ਜਾਣਦਾ। ਇੰਡੀਆ ਦੀ ਗੱਲ ਛੱਡੋ, ਪੰਜਾਬੀਆਂ ਤੱਕ ਨੂੰ ਵੀ ਨਹੀਂ ਪਤਾ ਹੋਵੇਗਾ ਕਿ ਡਾਕਟਰ ਕਪਾਨੀ ਕੌਣ ਨੇ। ਜੇਕਰ ਡਾਕਟਰ ਕਪਾਨੀ ਨਾ ਹੁੰਦੇ ਤਾਂ ਅੱਜ ਅਸੀਂ ਇੰਟਰਨੈਟ ਜਾਂ ਤੁਸੀਂ ਮੇਰੀ ਇਹ ਵੀਡੀਓ ਨਹੀਂ ਦੇਖ ਪਾਉਂਦੇ। ਸੋਚਣ ਵਾਲੀ ਤਾਂ ਇਹ ਗੱਲ ਹੈ ਕਿ ਅਸੀਂ ਪੰਜਾਬੀ ਵੀ ਆਪਣੇ ਨਾਇਕਾਂ ਨੂੰ ਨਹੀਂ ਜਾਣਦੇ, ਜਿਨ੍ਹਾਂ ਨੇ ਇਸ ਦੁਨੀਆ ਨੂੰ ਵੱਡੀਆਂ ਵੱਡੀਆਂ ਕਾਢਾਂ ਕੱਢ ਕੇ ਦਿੱਤੀਆਂ ਨੇ। ਕਈ ਲੋਕ ਤਾਂ ਮੇਰੀ ਇਸ ਵੀਡੀਓ ਦੇ ਇੱਥੇ ਤੱਕ ਆਉਂਦੇ ਆਉਂਦੇ ਇਸ ਨੂੰ ਕਦੋਂ ਦੇ ਸਕਿੱਪ ਕਰ ਗਏ ਹੋਣਗੇ, ਤੇ ਜਿਹੜੇ ਲਾਸਟ ਤੱਕ ਮੇਰੇ ਨਾਲ ਇਸ ਵੀਡੀਓ ਦੇ ਉੱਪਰ ਜੁੜੇ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਅੱਗੇ ਕਿਸ ਟੌਪਿਕ ਦੇ ਉੱਪਰ ਵੀਡੀਓ ਦੇਖਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋਟੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।